ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਐਸੀ ਕਹਾਣੀ ਜੋ ਮੁਰਦਿਆਂ ਵਿੱਚ ਜਾਣ ਪਾਉਂਦੀ ਹੈ ਪ੍ਰੇਰਣਾ ਦਿੰਦੀ ਹੈ ਗੱਲ ਕਰਾਂਗੇ ਇੱਕ ਐਸੇ ਪਰਿਵਾਰ ਦੀ ਇੱਕੋ ਘਰ ਵਿੱਚ ਜੰਮੇ ਚਾਰ ਭੈਣ ਭਰਾ ਜਦੋਂ IAS IPS ਅਫਸਰ ਬਣਦੇ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਵਾਨੀ ਬਾਰੇ ਅਕਸਰ ਹੁਣ ਗੱਲਾਂ ਚੱਲਦੀਆਂ ਨੇ ਸੱਥਾਂ ਵਿੱਚ ਵੀ ਕਿ ਜੇਕਰ ਪਲੱਸ 2 ਤੱਕ ਦੀ ਪੜ੍ਹਾਈ ਪੂਰੀ ਹੋ ਗਈ ਹੈ ਤੇ ਅੱਗੇ ਕੀ ਕਰਾਉਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੱਸਣ ਦੀ ਲੋੜ ਨਹੀਂ ਹੈ ਕਿ ਅੱਗੇ ਕੀ ਕਰਾਇਆ ਜਾਂਦਾ ਹੈ ਬੱਚਿਆਂ ਨੂੰ ਕਿਉਂਕਿ ਇਥੇ ਆਸ ਉਮੀਦ ਛੱਡ ਦਿੱਤੀ ਗਈ ਹੈ ਕਿਸੇ ਵੀ ਨੌਕਰੀ ਦੇ ਲਈ ਉਸ ਤਰੀਕੇ ਨਾਲ ਤਵੱਜੋ ਨਹੀਂ ਦਿੱਤੀ ਜਾਂਦੀ ਜਾਂ ਆਈਐਸ ਆਈਪੀਐਸ ਅਫਸਰ ਬਣਨ ਦੀ ਚਾਹਤ ਘੱਟ ਪੈਦਾ ਕਰਕੇ ਬੱਚਿਆਂ ਦੇ ਵਿੱਚ ਮਾਹੌਲ ਪਹਿਲਾਂ ਤੋਂ ਹੀ ਐਸਾ ਤਿਆਰ ਕੀਤਾ ਜਾ ਰਿਹਾ ਹੈ ਚਾਹੇ ਉਹ ਮਜਬੂਰੀ ਹੈ ਜਾਂ ਕੁਝ ਹੋਰ ਕਾਰਨ ਹੈ ਇਹ ਇੱਕ ਅਲੱਗ ਵਿਸ਼ਾ ਹੈ ਪਰ ਆਈਲੈਟਸ ਦੇ ਕੇਂਦਰ ਖੁੱਲ ਗਏ ਨੇ ਥਾਂ ਥਾਂ ਦੇ ਉੱਤੇ ਔਰ ਉਦੋਂ ਵੱਧ ਜੇਕਰ ਉਸ ਦੇ ਉਲਟ ਗੱਲ ਕਰੀਏ ਤਾਂ ਸਾਊਥ ਵਾਲੇ ਪਾਸੇ ਭਾਰਤ ਦੇ ਵਿੱਚ ਹੀ ਜਾਂ ਫਿਰ ਉਹਨਾਂ ਥਾਵਾਂ ਦੇ ਵਿੱਚ ਜਿੱਥੇ ਯੂਪੀ ਬਿਹਾਰ ਜਿੱਥੇ ਵੱਡੇ ਵੱਡੇ ਅਫਸਰ ਪੈਦਾ ਹੋ ਰਹੇ ਨੇ ਔਰ ਇਹੀ ਕਾਰਨ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਡੀਸੀਆਂ ਦੀ ਗਿਣਤੀ ਹੈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮੁਖੀਆਂ ਦੀ ਗਿਣਤੀ ਹੈ ਉਹ ਵੀ ਬਾਹਰਲਿਆਂ ਦੀ ਵੱਧ ਹੈ ਪੰਜਾਬੀਆਂ ਦੀ ਘੱਟ ਹੈ ਪੰਜਾਬ ਦੇ ਵਿੱਚ ਡੀਸੀ ਜਾਂ ਆਈਐਸ ਅਫਸਰ ਨੇ ਜਿਹੜੇ ਉਹ ਘੱਟ ਨੇ ਹਾਲਾਂਕਿ ਦੇਸ਼ ਪੱਧਰ ਦੀ ਪੋਸਟ ਹੋਣ ਕਰਕੇ ਇਸ ਕਰਕੇ ਕਿਸੇ ਦੀ ਵੀ ਜਿਹੜੀ ਡਿਊਟੀ ਹੈ ਉਹ ਕਿਸੇ ਵੀ ਸੂਬੇ ਦੇ ਵਿੱਚ ਲੱਗ ਸਕਦੀ ਹੈ ਪਰ ਹੁਣ ਗੱਲ ਕਰਦੇ ਹਾਂ ਉਸ ਪਰਿਵਾਰ ਦੀ ਜਿਹੜੇ ਕੀ ਯੂਪੀ ਦੇ ਵਿੱਚ ਪਿੰਡ ਪੈਂਦਾ ਲਾਲਗੰਜ ਜਿੱਥੇ ਇੱਕ ਆਮ ਜੇ ਪਰਿਵਾਰ ਦੇ ਵਿੱਚ ਪੈਦਾ ਹੋਏ ਚਾਰ ਭੈਣ ਭਰਾ ਆਈਐਸ ਕਿਵੇਂ ਬਣੇ ਆਈਪੀਐਸ ਕਿਵੇਂ ਬਣੇ ਉਹਨਾਂ ਦੀ ਗੱਲ ਕਰਾਂਗੇ ਗੱਲ ਕਰਦੇ ਹਾਂ ਉਹਨਾਂ ਦੇ ਪਿਤਾ ਦੀ ਅਨਿਲ ਪ੍ਰਕਾਸ਼ ਮਿਸ਼ਰਾ ਜਿਹੜੇ ਕੀ ਇੱਕ ਗ੍ਰਾਮੀਨ ਬੈਂਕ ਦੇ ਮੈਨੇਜਰ ਸੀ ਪਰ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਸਾਰੀ ਕਮਾਈ ਕੋਠੀਆਂ ਤਾਰਾਂ ਖਰੀਦਣ ਤੇ ਨਹੀਂ ਲਗਾਈ ਇਸਦੇ ਉਲਟ ਲਗਾਈ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਉਹਨਾਂ ਨੂੰ ਪ੍ਰੇਰਣਾ ਦਿੱਤੀ ਔਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਸਭ ਤੋਂ ਪਹਿਲਾਂ 2013 ਬੈਚ ਦੇ ਵਿੱਚ ਯੂਪੀਐਸਸੀ ਦੇ ਵਿੱਚ ਰੈਂਕ ਪ੍ਰਾਪਤ ਕਰਨ ਵਾਲਾ ਉਹਨਾਂ ਦਾ ਸਭ ਤੋਂ ਵੱਡਾ ਪੁੱਤਰ ਹੈ ਜਿਹੜਾ ਯੋਗੇਸ਼ ਮਿਸ਼ਰਾ ਉਹ ਆਈਐਸ ਅਫਸਰ ਬਣ ਕੇ ਨਿਕਲਦਾ ਐਸੀ ਚੇਟਕ ਲੱਗਦੀ ਹੈ ਪਰਿਵਾਰ ਦੇ ਵਿੱਚ ਕਿ ਬਾਕੀ ਭੈਣ ਭਰਾਵਾਂ ਨੂੰ ਵੀ ਲੱਗਦਾ ਹੈ ਕਿ ਅਸੀਂ ਵੀ ਆਪਣੇ ਵੱਡੇ ਭਰਾ ਦੇ ਵਾਂਗ ਪੜ੍ਹਾਈ ਕਰਾਂਗੇ ਮਿਹਨਤ ਕਰਾਂਗੇ ਔਰ ਆਪਣੇ ਮੋਢਿਆਂ ਦੇ ਉੱਤੇ ਸਟਾਰ ਲਮਾਵਾਂਗੇ ਔਰ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਾਂਗੇ ਇਸ ਤੋਂ ਬਾਅਦ ਗੱਲ ਇੱਥੇ ਨਹੀਂ ਮੁੱਕਦੀ ਯੁਗੇਸ਼ ਮਿਸ਼ਰਾ ਤੋਂ ਪ੍ਰੇਰਣਾ ਲੈਂਦੇ ਆ ਉਸ ਤੋਂ ਬਾਅਦ ਉਸ ਦੀ ਛੋਟੀ ਭੈਣ ਆ ਜਿਹੜੀ ਉਸ ਤੋਂ ਛੋਟੀ ਉਸ ਦੀ ਜਿਹੜੀ ਹੈ ਚਣੰਗ ਲੱਗਦੀ ਹੈ ਕਿ ਮੈਂ ਵੀ ਆਪਣੇ ਭਰਾ ਦੇ ਵਾਂਗ ਆਈਐਸ ਅਫਸਰ ਬਣਾਂਗੀ ਪਰ ਉਸ ਤੋਂ ਪਹਿਲਾਂ ਜੇਕਰ ਰੁਗੇਸ਼ ਮਿਸ਼ਰਾ ਦੀ ਗੱਲ ਕਰੀਏ ਤਾਂ ਉਸ ਨੇ ਮੁੱਢਲੀ ਪੜ੍ਹਾਈ ਹੈ ਜਿਹੜੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਪੜ੍ਹ ਕੇ ਅੱਗੇ ਨਹੀਂ ਵਧ ਸਕਦੇ ਪਰ ਉਸ ਨੇ ਸਾਬਤ ਕੀਤਾ ਉਸ ਅਫਸਰ ਨੇ ਕਿ ਮੁੱਢਲੀ ਪੜ੍ਹਾਈ ਆ ਜਿਹੜੀ ਉਸੇ ਲਾਲਗੰਜ ਕਸਬੇ ਦੇ ਵਿੱਚ ਪਿੰਡ ਦੇ ਵਿੱਚ ਹੁੰਦੀ ਹੈ ਔਰ ਉਸ ਤੋਂ ਬਾਅਦ ਮੋਤੀ لال 네ਹਰੂ ਰਾਸ਼ਟਰੀ ਆਈਆਈਟੀ ਦੇ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਨੇ ਜੋ ਕਿ ਯੋਗੇਸ਼ ਮਿਸ਼ਰਾ ਜਿਹੜੇ ਆਈਐਸ ਅਫਸਰ ਬਣ ਕੇ ਉੱਭਰਦੇ ਨੇ ਨਿਕਲਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਉਸ ਤੋਂ ਛੋਟੀ ਭੈਣ ਸ਼੍ਰਮਾ ਮਿਸ਼ਰਾ ਜਿਨ੍ਹਾਂ ਨੂੰ ਲੱਗਿਆ ਕਿ ਮੈਂ ਵੀ ਘੱਟ ਕਿਉਂ ਰਹਾ ਮੈਂ ਵੀ ਆਪਣੇ ਮਾਂ ਪਿਓ ਦੇ ਨਾਲ ਕੀਤੇ ਵਾਦੇ ਔਰ ਉਹਨਾਂ ਦੇ ਸੁਪਨੇ ਆ ਜਿਹੜੇ ਪੂਰੇ ਕਰਕੇ ਦਿਖਾਉਣੇ ਨੇ ਤੇ ਉਹਨਾਂ ਨੇ ਆਪਣੇ ਭਰਾ ਦੇ ਵਾਂਗ ਕੋਸ਼ਿਸ਼ ਕੀਤੀ ਪਰ ਆਪਣੇ ਭਰਾ ਦੇ ਵਾਂਗ ਕਾਮਯਾਬੀ ਪਹਿਲੀ ਵਾਰ ਚ ਨਹੀਂ ਮਿਲੀ ਉਹਨਾਂ ਨੇ ਤਿੰਨ ਵਾਰ ਪਹਿਲਾਂ ਯੂਪੀਐਸਸੀ ਦਾ ਐਗਜ਼ਾਮ ਦਿੱਤਾ ਪੇਪਰ ਦਿੱਤਾ ਉਸ ਦੇ ਵਿੱਚ ਕਾਮਯਾਬੀ ਹਾਸਲ ਨਹੀਂ ਹੁੰਦੀ ਪਰ ਚੌਥੀ ਵਾਰ ਜਾ ਕੇ ਉਹਨਾਂ ਦਾ ਸੁਪਨਾ ਵੀ ਸਕਾਰ ਹੋ ਜਾਂਦਾ ਤੇ ਉਹ ਆਈਪੀਐਸ ਅਫਸਰ ਬਣ ਜਾਂਦੇ ਨੇ ਸ਼ਰਮਾ ਮਿਸ਼ਰਾ ਜੋ ਕਿ ਯਗੇਸ਼ ਮਿਸ਼ਰਾ ਦੀ ਛੋਟੀ ਭੈਣ ਆਈਪੀਐਸ ਅਫਸਰ ਬਣਦੀ ਹੈ ਤਾਂ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਉਸੇ ਪਰਿਵਾਰ ਦੇ ਵਿੱਚ ਜੰਮੀ ਇੱਕ ਹੋਰ ਧੀ ਦੀ ਇੱਕ ਹੋਰ ਕੁੜੀ ਦੀ ਮਾਧਰੀ ਮਿਸ਼ਰਾ ਜਿਸ ਨੇ ਸਾਬਤ ਕਰਕੇ ਦਿਖਾ ਦਿੱਤਾ ਕਿ ਉਹ ਵੀ ਆਪਣੇ ਦੋ ਵੱਡੇ ਭੈਣ ਤੇ ਭਰਾ ਤੋਂ ਘੱਟ ਨਹੀਂ ਹੈ ਉਸ ਨੇ ਵੀ ਖੂਬ ਮਿਹਨਤ ਕੀਤੀ ਔਰ ਉਸਨੇ ਵੀ ਕਿਹਾ ਆਪਣੇ ਪਿਤਾ ਨੂੰ ਕਿ ਤੁਸੀਂ ਜਿਹੜੀਆਂ ਕੋਠੀਆਂਕਾਰਾਂ ਦੇ ਉੱਤੇ ਪੈਸਾ ਲਾਉਣ ਦੀ ਬਜਾਏ ਸਾਡੇ ਤੇ ਮਿਹਨਤ ਕੀਤੀ ਸਾਨੂੰ ਪੜਾਇਆ ਸਾਨੂੰ ਇੱਕ ਮਹੌਲ ਦਿੱਤਾ ਚੰਗਾ ਚੰਗੇ ਯੂਨੀਵਰਸਿਟੀਆਂ ਤੱਕ ਕਾਲਜਾਂ ਤੱਕ ਪੜਾਇਆ ਚੰਗੇ ਸੰਸਥਾਵਾਂ ਤੱਕ ਪੜਾਇਆ ਤਾਂ ਅਸੀਂ ਉਸ ਦਾ ਮੁੱਲ ਮੋੜ ਕੇ ਦਿਖਾਵਾਂਗੇ ਤੇ ਉਸ ਤੀਜੀ ਧੀ ਨੇ ਵੀ ਉਸੇ ਪਰਿਵਾਰ 'ਚ ਜੰਮੀ ਨੇ ਸਾਬਤ ਕਰਕੇ ਵਿਖਾਇਆ ਤੇ ਉਸਨੇ ਵੀ ਯੂਪੀਐਸਸੀ ਦਾ ਪੇਪਰ ਆ ਜਿਹੜਾ ਉਹ ਪੂਰਾ ਕਰ ਲਿਆ ਉਹ ਮੰਜ਼ਲ ਸਰ ਕਰ ਲਈ ਤੇ ਇਸੇ ਤਰ੍ਹਾਂ ਆਈਐਸ ਅਫਸਰ ਉਸੇ ਪਰਿਵਾਰ ਦੇ ਵਿੱਚ ਖੋਰ ਪੈਦਾ ਹੋ ਜਾਂਦਾ ਤਾਂ ਫਿਰ ਚੌਥੀ ਗੱਲ ਆਉਂਦੀ ਹੈ ਲੋਕੇਸ਼ ਮਿਸ਼ਰਾ ਦੀ ਜਿਸ ਨੂੰ ਲੱਗਿਆ ਕਿ ਮੇਰੇ ਤਿੰਨ ਵਕ ਭੈਣ ਭਰਾ ਨੇ ਜਿਹੜੇ OIS IPS ਅਫਸਰ ਬਣ ਗਏ ਮੈਂ ਘਟ ਕਿਉਂ ਰਹਾ ਤਾਂ ਉਹਨਾਂ ਨੇ ਵੀ ਖੂਬ ਮਿਹਨਤ ਕੀਤੀ ਤੇ ਸਾਲ 2015 ਦੇ ਵਿੱਚ UPSC ਦਾ ਇਗਜ਼ਾਮ ਆ ਜਿਹੜਾ ਉਹ ਪਾਸ ਕਰ ਲਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਮਾਤਾ ਦੀ ਜਿਹੜੀ ਖੁਸ਼ੀ ਆ ਉਸ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਅੱਜ ਕੱਲ ਜਿਸ ਤਰ੍ਹਾਂ ਦਾ ਮਾਹੌਲ ਹੈ ਰੋਜ਼ਗਾਰ ਦੇ ਮੌਕੇ ਇੰਨੇ ਘੱਟ ਨੇ ਕਿ ਕਿਸੇ ਨੂੰ ਰੋਜ਼ਗਾਰ ਨਹੀਂ ਮਿਲਦਾ ਖਾਸ ਕਰਕੇ ਪੰਜਾਬ ਦੇ ਵਿੱਚ ਪਿੰਡ ਪਿੰਡ ਨਹੀਂ ਹੁਣ ਘਰ ਘਰ ਦੇ ਵਿੱਚੋਂ ਬਾਹਰ ਜਾਣ ਵਾਲੇ ਦੀ ਗਿਣਤੀ ਆ ਲਗਾਤਾਰ ਵੱਧ ਰਹੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਜਹਾਜ਼ੇ ਚੜ੍ਹ ਕੇ ਸੱਤ ਸਮੁੰਦਰੋਂ ਪਾਰ ਮਿਹਨਤ ਕਰਨ ਦੇ ਲਈ ਬੱਚੇ ਮੁੰਡੇ ਕੁੜੀਆਂ ਜਾ ਰਹੇ ਨੇ ਪਰ ਇੱਕ ਐਸੀ ਉਦਾਹਰਨ ਹੈ ਜਿਹੜੀ ਇੱਕੋ ਪਰਿਵਾਰ ਦੇ ਵਿੱਚ ਇੱਕ ਨੌਕਰੀ ਨਹੀਂ ਔਰ ਨੌਕਰੀ ਵੀ ਕੋਈ ਕਲੈਰੀਕਲ ਪੋਸਟ ਦੀ ਨਹੀਂ ਆਈਐਸ ਆਈਪੀਐਸ ਅਫਸਰ ਬਣਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਲਗਾਤਾਰ ਮੈਂਤ ਕਰਦਿਆਂ ਇੱਕੋ ਪਰਿਵਾਰ ਦੇ ਵਿੱਚ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਪਿੰਡ ਲਾਲਗੰਜ ਦੇ ਵਿੱਚ ਇੱਕ ਪਰਿਵਾਰ ਸੀ ਔਰ ਇੱਕ ਐਸਾ ਘਰੇਲੂ ਐਸਾ ਆਮ ਪਰਿਵਾਰ ਜਿਸ ਦੇ ਵਿੱਚ ਇੱਕੋ ਉਹਨਾਂ ਦਾ ਜਿਹੜਾ ਚਾਰ ਬੱਚਿਆਂ ਦਾ ਪਿਤਾ ਸੀ ਉਸ ਨੇ ਗ੍ਰਾਮੀਣ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਦੇ ਉੱਤੇ ਪੋਸਟ ਦੇ ਉੱਤੇ ਕੰਮ ਕੀਤਾ ਪਰ ਸਭ ਤੋਂ ਵੱਡੀ ਤੇ ਦਿਲਚਸਪ ਗੱਲ ਇੱਥੇ ਇਹ ਹੈ ਆਮ ਤੌਰ ਦੇ ਉੱਤੇ ਜਿਹੜਾ ਨੌਕਰੀ ਪੇਸ਼ਾ ਕਰਦਾ ਉਹ ਚਾਹੇ ਕਰਜ਼ੇ ਦੇ ਉੱਤੇ ਲੋਨ ਦੇ ਉੱਤੇ ਗੱਡੀਆਂ ਬਾਰੇ ਸੋਚਦਾ ਆਪਣੇ ਆਲੀਸ਼ਾਨ ਘਰ ਦੇ ਬਾਰੇ ਸੋਚਦਾ ਹਰ ਇੱਕ ਦਾ ਸੁਪਨਾ ਲੈਣਾ ਵੀ ਚਾਹੀਦਾ ਹੈ ਕਿ ਸਾਰੀਆਂ ਸੁੱਖ ਸਹੂਲਤਾਂ ਹੋਣ ਪਰ ਇਹਨਾਂ ਚਾਰ ਬੱਚਿਆਂ ਦੇ ਪਿਤਾ ਨੇ ਮਾਤਾ ਨੇ ਸੁਪਨਾ ਕੁਝ ਹੋਰ ਸਿਰਜਿਆ ਸੀ ਜਿਹੜਾ ਇੱਕ ਦਿਨ ਸੱਚ ਹੋਇਆ ਸਕਾਰ ਹੋਇਆ ਤੇ ਉਹਨਾਂ ਦੇ ਖੁਸ਼ੀ ਦੀ ਟਿਕਾਣਾ ਨਹੀਂ ਰਿਹਾ ਉਹਨਾਂ ਨੇ ਖੁਸ਼ੀ ਦੇ ਵਿੱਚ ਆ ਕੇ ਇੱਥੋਂ ਤੱਕ ਵੀ ਕਹਿ ਦਿੱਤਾ ਔਰ ਬਾਕੀ ਬੱਚਿਆਂ ਨੂੰ ਵੀ ਇਹੀ ਪ੍ਰੇਰਣਾ ਦੇਣ ਦੀ ਗੱਲ ਕਹੀ ਹੈ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਔਰ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਹੈ ਜਿਹੜੀ ਆਪਣੇ ਬੱਚਿਆਂ ਦੇ ਉੱਤੇ ਸਹੀ ਤਰੀਕੇ ਨਾਲ ਜੇਕਰ ਲਾਈ ਜਾਵੇ ਤਾਂ ਕਾਮਯਾਬੀ ਹਾਸਲ ਕਰਨੀ ਕੋਈ ਔਖੀ ਗੱਲ ਨਹੀਂ ਹੈ ਇਹ ਇੱਕ ਉਦਾਹਰਨ ਹੈ ਯੂਪੀ ਦੇ ਇੱਕ ਪਰਿਵਾਰ ਦੀ ਜਿਨ੍ਹਾਂ ਨੇ ਸਾਬਤ ਕਰਕੇ ਵਿਖਾਇਆ ਕਿ ਜੇਕਰ ਇੱਛਾ ਹੋਵੇ ਦ੍ਰਿੜ ਇਰਾਦਾ ਹੋਵੇ ਤਾਂ ਕੁਝ ਵੀ ਕਰਕੇ ਵਿਖਾਇਆ ਜਾ ਸਕਦਾ ਤਾਂ ਹੁਣ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ ਸਾਡੇ ਪਰਿਵਾਰਕ ਮੈਂਬਰਾਂ ਨੂੰ ਆਸ-ਪਾਸ ਦੇ ਵਿੱਚ ਆਂਡੀਆਂ ਗਵਾਂਡੀਆਂ ਨੂੰ ਪੂਰੇ ਪੰਜਾਬ ਦੇ ਪਿੰਡ-ਪਿੰਡ ਨੂੰ ਕਿ ਅਸੀਂ ਵੀ ਕੀ ਆਪਣੇ ਬੱਚੇ ਜਾਂ ਆਪਣੇ ਭੈਣ ਭਰਾ ਮਜਬੂਰੀ ਦੇ ਵਿੱਚ ਬਾਹਰ ਤੋਰਨੇ ਨੇ ਜਾਂ ਫਿਰ ਇੱਥੇ ਹੀ ਕੋਈ ਜਿਹਾ ਹੀਲਾ ਵਸੀਲਾ ਕਰਾ ਕੇ IAS ਦੀ ਤਿਆਰੀ ਕਰਾਉਣੀ ਹੈ IPS ਦੀ ਤਿਆਰੀ ਕਰਾਉਣੀ ਹੈ ਕਿਸੇ ਨੂੰ ਜੁਡੀਸ਼ੀਅਲ ਦੀ ਤਿਆਰੀ ਕਰਾਉਣੀ ਹੈ ਕਿ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਜਦੋਂ ਮਾਹੌਲ ਦਿੱਤਾ ਜਾਵੇਗਾ ਮਾਹੌਲ ਸਿਰਜਿਆ ਜਾਵੇਗਾ ਲਾਇਬ੍ਰੇਰੀਆਂ ਪੈਦਾ ਕੀਤੀਆਂ ਜਾਣਗੀਆਂ ਤਾਂ ਹੀ ਅਸੀਂ ਵੀ ਜਿਹੇ ਸੁਪਨੇ ਦੇਖ ਸਕਦੇ ਹਾਂ ਤਾਂ ਫਿਰ ਉਹ ਦਿਨ ਦੂਰ ਨਹੀਂ ਕਿ ਪੰਜਾਬ ਦੇ ਵੀ ਕਿਸੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚੋਂ 4-4 5-5 आईएएस अफसर आईपीएस अफसर ਨਿਕਲਣਗੇ ਪਰ ਵੱਡੀ ਗੱਲ ਇੱਥੇ ਇਹ ਹੈ ਕਿ ਪੰਜਾਬ ਇਹ ਸੁਪਨਾ ਹੁਣ ਕਦੋਂ ਪੂਰਾ ਕਰੇਗਾ ਕਦੋਂ ਸੇਧ ਲਵੇਗਾ ਇਹ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਬੌਧਿਕ ਲੈਵਲ ਹੈ ਜਿਹੜਾ ਘਟ ਰਿਹਾ ਹੋਵੇਗਾ ਕਿਸੇ ਵੇਲੇ ਪੰਜਾਬ ਦੇ ਵਿੱਚ ਵੀ ਐਸੇ ਪਰਿਵਾਰ ਹੋਏ ਨੇ ਜਿਹੜੇ ਇੱਕੋ ਪਰਿਵਾਰ ਦੇ ਵਿੱਚੋਂ ਚਾਹੇ ਉਹ ਭੈਣ ਭਰਾ ਹੋਣ ਪਤੀ ਪਤਨੀ ਹੋਣ ਇਸ ਤਰੀਕੇ ਦੇ ਨਾਲ ਉਹ ਵੀ आईएएस अफसर आईपीएस अफसर ਬਣਦੇ ਰਹੇ ਨੇ ਔਰ ਇਸ ਤਰ੍ਹਾਂ ਦੀਆਂ ਧਾਰਨਾ ਕਾਫੀ ਮਿਲ ਜਾਂਦੀਆਂ ਨੇ ਪਰ ਮੌਜੂਦਾ ਹਾਲਾਤ ਜਿਸ ਤਰ੍ਹਾਂ ਦੇ ਪੰਜਾਬ ਦੇ ਬਣੇ ਨੇ ਇਕਨੋਮਿਕ ਤੌਰ ਦੇ ਉੱਤੇ ਪੰਜਾਬ ਕਿਸ ਤਰੀਕੇ ਦੇ ਨਾਲ ਗਰਾਵਟ ਵਿੱਚ ਜਾ ਰਿਹਾ ਔਰ ਲਗਾਤਾਰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਹੱਥ ਜਦੋਂ ਵਾਗ ਡਉ ਰੌਂਦੀ ਹੈ ਤਾਂ ਉਹਨਾਂ ਨੇ ਇੱਥੋਂ ਤੱਕ ਵਾਅਦੇ ਚੋਣ ਮੈਨੀਫੈਸਟੋ ਵਿੱਚ ਪਿਛਲੀਆਂ ਚੋਣਾਂ ਵਿੱਚ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਕਈ ਸਿਆਸੀ ਪਾਰਟੀਆਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਆਈ ਲੈਸ ਕਰਾਉਣ ਦਾ ਤੁਹਾਡਾ ਠੇਕਾ ਚੱਕਾਂਗੇ ਅਸੀਂ ਤੁਹਾਨੂੰ ਉਸ ਦੇ ਲਈ ਲੋਨ ਦੇਵਾਂਗੇ ਹਾਲਾਂਕਿ ਪੰਜਾਬ ਦੇ ਲੀਡਰ ਪਹਿਲਾਂ ਹੀ ਤੈਅ ਕਰਕੇ ਬੈਠੇ ਨੇ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਆਪਣੇ ਹੱਥੀ ਬਾਹਰ ਤੋਰਨਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਲਗਾਤਾਰ ਸਟੇਜਾਂ ਤੋਂ ਕਹਿੰਦੇ ਤਾਂ ਨਜ਼ਰ ਆਉਂਦੇ ਨੇ ਕਿ ਬਾਹਰਲੇ ਇੱਥੇ ਆ ਕੇ ਨੌਕਰੀ ਕਰਨਗੇ ਔਰ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਬਾਹਰ ਮੁੰਡੇ ਕੁੜੀਆਂ ਜਾ ਰਹੇ ਨੇ ਕੀ ਉਹ ਸ਼ੌਕ ਨੂੰ ਜਾ ਰਹੇ ਨੇ ਕੀ ਉਹਨਾਂ ਨੂੰ ਚਾਹ ਚੜ੍ਹਿਆ ਬਾਹਰ ਜਾਣ ਦਾ ਜਾਂ ਫਿਰ ਸਾਰਿਆਂ ਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਮਜਬੂਰੀ ਹੈ ਜਿਸ ਦੇ ਕਰਕੇ ਉਹ ਸਾਰੇ ਆਪਣੇ ਘਰ ਦੀ ਗਰੀਬੀ ਚੱਕਣਾ ਚਾਹੁੰਦੇ ਨੇ ਘਰਦਿਆਂ ਦਾ ਕਰਜ਼ਾ ਜਿਹੜਾ ਕਰਜ਼ਦਾਰ ਹੋ ਚੁੱਕਾ ਪਰਿਵਾਰ ਉਹਨਾਂ ਦੇ ਕਰਜ਼ੇ ਲੈਣਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਐਸੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਨੇ ਰੋਜ਼ਗਾਰ ਨੂੰ ਲੈ ਕੇ ਕਿ ਇੱਥੇ ਮੌਕੇ ਵੱਧ ਪੈਦਾ ਕੀਤੇ ਜਾਣ ਜੇਕਰ ਵਾਕਈ ਸੱਚਮੁੱਚ ਪੰਜਾਬ ਦੀ ਜਵਾਨੀ ਨੂੰ ਰੋਕਣਾ ਹੈ ਪਰ ਕੱਲੀ ਸਟੇਜ ਤੋਂ ਕਹੀ ਗੱਲ ਦੇ ਨਾਲ ਅਸਰ ਨਹੀਂ ਹੋਣਾ ਜ਼ਮੀਨੀ ਪੱਧਰ ਤੇ ਕੀ ਹੁੰਦਾ ਇਹ ਵੀ ਦੇਖਣ ਦੀ ਲੋੜ ਹੈ ਪਰ ਅਖੀਰ ਦੇ ਵਿੱਚ ਇਹੀ ਇੱਕ ਗੱਲ ਫਿਰ ਤੁਹਾਡੇ ਨਾਲ ਸਾਂਝੀ ਜਿਹੜੀ ਕੀਤੀ ਅਸੀਂ ਕਹਾਣੀ ਯੂਪੀ ਦੇ ਇੱਕ ਪਰਿਵਾਰ ਦੀ ਯੂਪੀ ਦਾ ਲਾਲਗੰਜ ਪਿੰਡ ਜਿੱਥੇ ਇੱਕ ਆਮ ਪਰਿਵਾਰ ਦੇ ਵਿੱਚ ਪੈਦਾ ਹੋਏ ਚਾਰ ਭੈਣ ਭਰਾ ਆਈਐਸ ਆਈਪੀਐਸ ਅਫਸਰ ਕਿਵੇਂ ਬਣਦੇ ਨੇ ਆਈਐਸ ਅਫਸਰ ਆਈਪੀਐਸ ਅਫਸਰ ਜਦੋਂ ਬਣ ਕੇ ਸਾਹਮਣੇ ਇਹਨਾਂ ਦੀ ਕਹਾਣੀ ਆਉਂਦੀ ਆ ਤਾਂ ਦੇਖਣ ਨੂੰ ਬਹੁਤ ਛੋਟੀ ਲੱਗਦੀ ਹੈ 5 ਤੋਂ 7 ਮਿੰਟ ਗੱਲ ਦੱਸਣ ਹੀ ਲੱਗਦੇ ਨੇ ਪਰ ਉਹਨਾਂ ਦਾ ਜਿਹੜਾ ਸਟਰਗਲ ਰਿਹਾ ਹੋਵੇਗਾ ਜੋ ਕਿ ਇੱਕ ਆਲੀਸ਼ਾਨ ਘਰ ਵੀ ਨਹੀਂ ਪਾਉਣਾ ਗੱਡੀਆਂ ਨਹੀਂ ਲੈਣੀਆਂ ਜੋ ਸੁੱਖ ਸੁਹਲਤਾ ਹੋਰ ਹੁੰਦੀਆਂ ਨੇ ਨੌਕਰੀ ਪੇਸ਼ੇ ਵਾਲੇ ਦੇ ਘਰਾਂ ਦੇ ਵਿੱਚ ਉਹ ਨਹੀਂ ਲੈਣੀਆਂ ਤਾਂ ਉਹ ਤੰਗੀ ਤੁਰਸ਼ੀ ਦਾ ਸਮਾਂ ਵੀ ਉਹਨਾਂ ਨੇ ਜ਼ਰੂਰ ਕੱਟਿਆ ਪਰ ਹੁਣ ਆਈਐਸ ਅਫਸਰ ਆਈਪੀਐਸ ਅਫਸਰ ਬਣ ਕੇ ਉਹਨਾਂ ਚਾਰੇ ਭੈਣ ਭਰਾਵਾਂ ਨੇ ਸਾਬਤ ਕਰ ਦਿੱਤਾ ਕਿ ਉਹ ਕੁਝ ਵੀ ਕਰ ਸਕਦੇ ਨੇ ਮਾੜੇ ਤੋਂ ਮਾੜੇ ਮਾਹੌਲ ਦੇ ਵਿੱਚ ਵੀ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਚਾਰ ਭੈਣ ਭਰਾਵਾਂ ਨੂੰ ਸਲੂਟ ਬਣਦਾ ਹੈ ਪੂਰਾ ਦੇਸ਼ ਇਹਨਾਂ ਨੂੰ ਸਲੂਟ ਮਾਰਦਾ ਕਿਉਂਕਿ ਇਹਨਾਂ ਨੇ ਜਿਹੜੀ ਕਾਰਗੁਜ਼ਾਰੀ ਕੀਤੀ ਹੈ ਜੋ ਬਾ ਕਮਾਲ ਆਪਣੀ ਮਿਹਨਤ ਦੇ ਨਾਲ ਲਗਨ ਦੇ ਨਾਲ ਜੋ ਪੜ੍ਹਾਈ ਕੀਤੀ ਔਰ ਉਸ ਦਾ ਮੁੱਲ ਜਿਹੜਾ ਅਖੀਰ ਦੇ ਵਿੱਚ ਪਿਆ ਇਸ ਦੇ ਨਾਲ ਉਹਨਾਂ ਮਾਪਿਆਂ ਦਾ ਸੀਨਾ ਮਾਣ ਦੇ ਨਾਲ ਹੋਰ ਚੌੜਾ ਹੋ ਗਿਆ ਹੋਵੇਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਜਦੋਂ ਉਹਨਾਂ ਨੇ ਇੱਕ ਇੱਕ ਕਰਕੇ ਆਪਣੇ ਧੀ ਨੂੰ ਆਪਣੇ ਪੁੱਤ ਨੂੰ ਆਈਐਸ ਅਫਸਰ ਆਈਪੀਐਸ ਅਫਸਰ ਬਣਾਇਆ ਅਸੀਂ ਇਹ ਰਿਪੋਰਟ ਇਸ ਕਰਕੇ ਸਾਂਝੀ ਕੀਤੀ ਹੈ ਕਿ ਇਸ ਦੇ ਨਾਲ ਚਾਹੇ ਸਰਕਾਰੀ ਪੱਧਰ ਤੇ ਕੋਈ ਨੀਤੀ ਐਸੀ ਬਣਾਉਣ ਦੀ ਲੋੜ ਹੈ ਜਾਫਰ ਮਾਪਿਆਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰੇਰਨਾ ਦੇਣ ਦੀ ਲੋੜ ਹੈ ਕਿ ਇਸ ਤਰੀਕੇ ਦੇ ਨਾਲ ਤਿਆਰੀਆਂ ਕਰਕੇ ਇਸ ਤਰੀਕੇ ਨਾਲ ਪੜ੍ਹਾਈ ਕਰਕੇ ਚੰਗਾ ਮਾਹੌਲ ਦੇ ਕੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਫਿਲਹਾਲ ਇਸ ਰਿਪੋਰਟ ਵਿੱਚ ਇਨਾ ਹੀ ਮੈਨੂੰ ਦਿਵਾ ਗਿਆ ਧੰਨਵਾਦ